रोजाना लोक नाच टीवी देख रहे हो तुसीं, मैं हाँ सुखविंदर सिंह सिद्धू। इस वेले दी वड्डी खबर लैके आ रहे हां कि नवजोत सिंह सिद्धू नूं कांग्रेस हाई कमान दे वल्लों मीटिंग दा सद्दा आ गया। मेरे नाल सीनियर पत्रकार प्रोफेसर मनजीत सिंह अणखी साहब ने इस मामले ते ज्यादा जानकारी देणगे। अणखी साहब स्वागत है, इस मामले दे विच की कुछ होर जानकारी है? सिद्धू साहब इस तरीके नाल आ कि जिस तरीके नाल कांग्रेस पार्टी दे विच बड़ियां घटनावां तेजी नाल वापरदियां पईआं ने ते नवें समीकरण जिहड़े वापरदे पए ने, उस संदर्भ दे विच सानूं इह जानकारी जिहड़ी मिली आ कि कल नवजोत सिद्धू प्रियंका गांधी और राहुल गांधी नूं दिल्ली विच मिल रहे ने, और इस मिलन दे विच बड़े चिर तों इस संबंध विच उड़ीक कीती जा रही थी, क्योंकि हुण तक बाकी जिहड़े कांग्रेसी नेता ने उन्हां नूं राहुल गांधी वल्लों कल्ले कल्ले सद के मिलिया जा चुका है, पर इस दे बावजूद अजे नवजोत सिंह सिद्धू नूं कांग्रेस हाई कमान वल्लों जिहदे विच असीं कह सकदे हां राहुल गांधी जां प्रियंका गांधी वल्लों नहीं सी सद्या गया, और उन्होंने ये गल कही थी एक इंटरव्यू दौरान कि जिन्ना चिर तक मैनूं सद्या नहीं जांदा मैं उन्ना चिर तक दिल्ली नहीं जावांगा। तो सो हुण सानूं सूत्रां तों ये जिहड़ी जानकारी मिली है ये अनुसार बकायदा तौर पर सद्दा जिहड़ा है वह नवजोत सिंह सिद्धू नूं मिलिया, और जिस पुष्टि हो चुकी है जी इस खबर की, कहते कि बुलाया गया कल, सूत्रां तों नहीं हुण ये पुष्टि हो चुकी है मेरे को जिहड़ी पुष्टि जानकारी हैगी है। जी 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 बिल्कुल बिल्कुल तुहाडी गल दुरुस्त है जी, पर मैं नाल असल च ये गल कहनी चाहुंदा बकायदा तौर पर इंसीडेंट जिहड़े घटना जिहड़े वापरदे पए ने उन्हां दे संबंध विच कोई होर नवां जिहड़ा चीज़ सामने आ जांदी ते असीं खुल के अपना जिहड़ा प्राइम मुद्दा आ उहदे संदर्भ विच इस विशे ते गल्लबात जिहड़ी विस्थार दे नाल कर सकदे हां। सो इस करके मैं सूत्रां दी जिहड़ी ਉਹ ਗੱਲ ਕਰ ਰਿਹਾ ਸਾਂ। ਬਾਕੀ ਇੱਕ ਗੱਲ ਮੈਂ ਤੁਹਾਡੇ ਨਾਲ ਇਹ ਵੀ ਗੱਲ ਕਰਾਂ ਕਿ ਕਾਂਗਰਸ ਹਾਈ ਕਮਾਨ ਜਿਹੜੀ ਆ ਉਹ ਇਸ ਸਮੇਂ ਜਿਹੜੀ ਪੰਜਾਬ ਦੇ ਅੰਦਰ ਕਾਂਗਰਸ ਦਾ ਕਾਟੋ ਪਲੇ ਚੱਲ ਰਿਹਾ ਉਹਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਆ। ਸਿਲਸਿਲੇ ਦੇ ਵਿੱਚ ਜਿਸ ਤਰੀਕੇ ਨਾਲ ਅਸ਼ਵਨੀ ਕੇਸਰੀ ਜਿਹੜੇ ਨੇ ਜਿਨ੍ਹਾਂ ਨੇ ਅੱਜ ਬਕਾਇਦਾ ਤੌਰ ਤੇ ਅਕਾਲੀ ਦਲ ਵਿੱਚ ਸ਼ਾਮਿਲ ਹੋਣਾ ਸੀ ਸਿਰਫ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਹੋਣੀ ਹੈ ਜਾਂ ਫਿਰ ਸੋਨੀਆ ਗਾਂਧੀ ਦੇ ਨਾਲ ਵੀ ਮੀਟਿੰਗ ਹੋਏਗੀ? ਨਹੀਂ, ਜਿਹੜੀ ਮੀਟਿੰਗ ਦੇ ਸੰਬੰਧੀ ਸਾਨੂੰ ਜੋ ਜਾਣਕਾਰੀ ਮਿਲੀ ਆ ਉਹ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਦੇ ਨਾਲ ਹੀ ਹੈ, ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚ ਸ਼ਾਮਿਲ ਹੋਏ ਸਨ ਤਾਂ ਬਕਾਇਦਾ ਤੌਰ ਤੇ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਹੀ ਉਹਨਾਂ ਦੇ ਮੇਨ ਸੂਤਰਧਾਰ ਜਿਹੜੇ ਸਨ ਉਹ ਬਣੇ ਸਨ, ਉਹਨਾਂ ਦੇ ਰਾਹੀਂ ਹੀ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਜਿਹੜੀ ਆ ਕਾਂਗਰਸ ਹਾਈ ਕਮਾਂਡ ਵਿੱਚ ਹੋਈ ਸੀ ਜਾਂ ਕਾਂਗਰਸ ਪਾਰਟੀ ਦੇ ਵਿੱਚ ਹੋਈ ਸੀ, ਤੇ ਹਮੇਸ਼ਾ ਇਹ ਸਮਝਿਆ ਜਾਂਦਾ ਰਿਹਾ ਕਿ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਦੀ ਹਮੇਸ਼ਾ ਪਿੱਠ ਤੇ ਖੜੇ ਹੁੰਦੇ ਨੇ, ਔਰ ਹੁਣ ਜਦੋਂ ਬਕਾਇਦਾ ਤੌਰ ਤੇ ਉਹਨਾਂ ਨੂੰ ਸੱਦ ਲਿਆ ਗਿਆ ਤਾਂ ਹੁਣ ਨਵੇਂ ਸਮੀਕਰਨ ਜਿਹੜੇ ਨੇ ਉਹ ਕੱਲ੍ਹ ਬਣਨ ਦੀ ਆਸ ਹੈਗੀ ਆ, ਕਿਉਂਕਿ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਦਿੱਲੀ ਬੁਲਾਏ ਜਾਣ ਦੇ ਬਾਵਜੂਦ ਰਾਹੁਲ ਗਾਂਧੀ ਔਰ ਪ੍ਰਿਯੰਕਾ ਗਾਂਧੀ ਨੇ ਸਮਾਂ ਜਿਹੜਾ ਨਹੀਂ ਸੀ ਦਿੱਤਾ, ਹੁਣ ਇਸ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਸਮਾਂ ਦਿੱਤਾ ਗਿਆ ਨਵਜੋਤ ਸਿੰਘ ਸਿੱਧੂ ਨੂੰ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਵੱਲੋਂ ਮੀਟਿੰਗ ਦੇ ਲਈ 29 ਜੂਨ ਨੂੰ ਯਾਨੀ ਕਿ ਕੱਲ ਨੂੰ ਸੱਦਾ ਆ ਗਿਆ। ਫਿਲਹਾਲ ਜ਼ਿਆਦਾ ਜਾਣਕਾਰੀ ਲਈ ਅਸੀਂ ਨਵਜੋਤ ਸਿੱਧੂ ਟੀਮ ਦੇ ਨਾਲ ਜਾਂ ਫਿਰ ਕਾਂਗਰਸ ਦੀ ਟੀਮ ਦੇ ਨਾਲ ਗੱਲਬਾਤ ਕਰਕੇ ਦੱਸਾਂਗੇ ਕਿ ਕਦੋਂ ਕਿੰਨੇ ਵਜੇ ਮੀਟਿੰਗ ਹੋਣੀ ਹੈ ਤੇ ਕਿਸ ਕਿਸ ਸੰਦਰਭ ਦੇ ਵਿੱਚ ਇਹ ਮੀਟਿੰਗ ਕੀਤੀ ਜਾਣੀ ਹੈ। ਅਣਖ ਸਾਹਿਬ ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੌਲਾਨਾ ਅਬਦੁਲ ਜੀ 7967 96 275 ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਤੇ ਕੀਤਾ ਕਿਰਾਇਆ ਦਾ ਖਾਤਮਾ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਚ ਕਰੋ ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ 76967 96 275।